ਬਾਲਕ ਲੀਲਾ ਤੋਂ ਲੈਂਦਾ ਨਹੀਂ ਜਾਣ ਦੇਣਾ, ਖੇਡਣ ਨਹੀਂ ਦੇਣਾ, ਤੁਸੀਂ ਖੇਡ ਪਏ ਆ ਗਈ ਟ੍ਰੇਨ ਉੱਤੇ ਨਾ ਮਿਲੂ। ਬਾਲ ਮਰੇ ਬਾਲਕ ਕੀ ਲੀਲਾ, ਬਾਲਕ ਕੀ ਲੀਲਾ 'ਚ ਬਾਲਕ ਮਰ ਜਾਂਦਾ ਹੁੰਦਾ ਹੈ, ਬਾਲਕ ਦੀ ਮੌਤ ਹੈ ਬਾਲ ਲੀਲਾ ਦੇ ਵਿੱਚ। ਅਨਾਹਤ ਸੁਣ ਰੱਤੇ ਸੇ ਕੈਸੇ, ਇਸ ਕਰਕੇ ਰਾਜ ਲੀਲਾ ਤੇਰੇ ਨਾਮ ਪੜਾਈ, ਬਾਲਕਾਂ ਲੀਲੇ ਤੇ ਛੱਡਤੀ ਨਾ, ਮਨ ਦੀ ਮਰਜ਼ੀ ਛੱਡਤੀ, ਮਨ ਦੀ ਮਰਜ਼ੀ ਛੱਡੇ ਤੇ ਰਾਜ ਲੀਲਾ ਸ਼ੁਰੂ ਹੋਈ। ਰਾਜ ਲੀਲਾ ਕੀ ਹੈ? ਰਾਜ ਦੇ ਅਨੁਸਾਰ ਚੱਲਣਾ ਰਾਜ ਲੀਲਾ, ਹੁਕਮ ਦੇ ਵਿੱਚ ਚੱਲਣਾ ਰਾਜ ਲੀਲਾ, ਪਾਣਾ ਹੀ ਚੱਲਣਾ ਬਈ ਹੁਕਮ ਸਰਕਾਰ ਦਾ ਚੱਲਣਾ, ਆਪਾਂ ਨੇ ਰਾਜ ਲੀਲਾ, ਉਹ ਰਾਜੇ ਦੀ ਮਰਜ਼ੀ ਹੈ, ਉਹ ਆਪਣੀ ਲੀਲਾ ਨਹੀਂ ਹੈ, ਰਾਜੇ ਦੀ ਲੀਲਾ, ਪਰਮੇਸ਼ਰ ਦੀ ਲੀਲਾ, ਉਹ ਸਾਰੀ ਪਰਮੇਸ਼ਰ ਦੀ ਲੀਲਾ ਹੈ, ਉਹਦੇ ਅਨੁਸਾਰ ਚੱਲਣਾ ਰਾਜ ਲੀਲਾ। ਰਾਜ ਲੀਲਾ ਤੇਰੇ ਨਾਮ ਆਏ, ਗੁਰਬਾਣੀ ਦੀ ਸਮਝ ਨਾਲ ਤੇਰੇ ਭਾਣੇ 'ਚ ਚੱਲਣ ਲੱਗ ਗਏ, ਰਾਜ ਲੀਲਾ ਬਣ ਗਈ ਅੰਦਰ। ਸਿਰਫ ਭਗਤੀ ਦੇ ਅਰਥ ਕਰਨਾ ਨੇ, ਗੱਲ ਕੀ ਹੈ ਔਰ ਕੀ ਸਮਝੀ ਬੈਠੇ ਨੇ ਬੜੇ ਬੜੇ ਸੰਤ। ਭਗਤੀ ਕੀ ਕਹਿੰਦੀ ਹੈ, ਕਿੱਥੇ ਬੋਲਦੀ ਹੈ ਬਾਣੀ, ਅਸੀਂ ਕਿੱਥੇ ਖੜ੍ਹੇ ਹਾਂ, ਫਰਕ ਕਰਨਾ ਸਰ। ਕੌਣ ਪੁੱਛੂਗਾ, ਕਿਵੇਂ ਪੁੱਛੂਗਾ? ਜਿਹਦਾ ਹੁਕਮ ਹੈ ਚੱਲਦਾ ਸੰਸਾਰ 'ਚ, ਉਹੀ ਰਾਜਾ ਹੈ, ਉਹੀ ਰਾਜ ਲੀਲਾ ਹੈ। ਸਾਰੀ ਸ੍ਰਿਸ਼ਟੀ 'ਚ ਚੱਲ ਰਹੀ ਹੈ, ਸੂਰਜ ਕਿਹਦੇ ਆਸਰੇ ਚੱਲ ਰਿਹਾ, ਭੈ ਵਿੱਚ ਚੱਲ ਰਿਹਾ, ਪਰ ਉਹਦੇ ਭੈ ਵਿੱਚ ਚੱਲਣਾ ਰਾਜ ਲੀਲਾ, ਰਾਜ ਲੀਲਾ ਬਣ ਕੇ ਉਹਦੇ ਭੈ ਚੱਲਦੇ, ਰਾਜ ਲੀਲਾ ਵਿੱਚ ਭੈ ਮੁਕਤ ਹੋ ਗਈ ਹੋ ਜਾਈਦਾ। ਜਦੋਂ ਭੈ ਨਾ ਰਹੇ ਨਾ ਆਪਣੇ ਅੰਦਰ, ਫਿਰ ਰਾਜਲੀਲਾ, ਜਿੰਨਾ ਚਿਰ ਭੈ ਹੈ ਉਹਨਾਂ ਚਿਰ ਰਾਜਲੀਲਾ ਨਹੀਂ। ਰਾਜਲੀਲਾ ਤੇਰੇ ਨਾਮ ਬਣਾਈ, ਗੁਰਬਾਣੀ ਨੇ ਹੀ ਬਣਾ ਦਿੱਤੀ ਰਾਜਲੀਲਾ। ਯੋਗ ਬਣਿਆ ਤੈਨੂੰ ਯੋਗ ਬਾਅਦ 'ਚ ਬਣਿਆ, ਤੇਰੇ ਕੀਰਤਨ ਗਾਈ, ਜਾਂ ਕੀਰਤਨ ਗਾਇਆ ਨਾ ਫਿਰ ਸ਼ਬਦ ਨਾਲ ਜੁੜ ਕੇ ਗਾਇਆ, ਜਾਂ ਨਾਮ ਮਿਲਿਆ ਸ਼ਬਦ ਸੁਰਤ ਦਾ ਮੇਲ ਹੋਇਆ ਫਿਰ ਕੀਰਤਨ ਗਾਇਆ। ਉਹ ਤੋਂ ਬਾਅਦ ਪਹਿਲਾਂ ਭਾਣੇ ਚੱਲਿਆ, ਫਿਰ ਸ਼ਬਦ ਪ੍ਰਗਟ ਹੋਇਆ, ਫਿਰ ਸੁਰਤ ਜੁੜ ਕੇ ਉਹਦੇ ਨਾਲ ਫਿਰ ਗਾਇਆ ਕੀਰਤਨ ਗਾਇਆ। ਇੱਥੇ ਬੋਲਦੀ ਹੈ ਬਾਣੀ, ਇਹ ਪੰਕਤੀ ਦੇ ਅਰਥ ਨੇ ਸਿਰਫ, ਇਹਦੇ ਬੁੱਝੇ ਕੌਣ? ਜਿਸ ਬੁਝਾਏ ਸੋ ਬੁੱਝ ਸੀ, ਜਿਸ ਬੁਝਾਏ ਸੋ ਬੁੱਝ ਸੀ, ਕੋਈ ਨਹੀਂ ਬੁੱਝ ਸਕਦਾ ਇਹਦੇ 'ਚ ਹੰਕਾਰ ਵਾਲੀ ਕੋਈ ਗੱਲ ਨਹੀਂ। ਜਿਸ ਨੂੰ ਤੂੰ ਜਾਣਾ ਹੈ ਅਨਹਦ ਸੁਣ ਰੱਤੇ ਸੇ ਕੈਸੇ, ਅਨਹਦ ਸੁਣ ਕਹਾਂ ਤੇ ਹੋਈ, ਕਿਵੇਂ ਹੋਊ? ਚਲੋ ਕਹਿੰਦੇ ਕਿਵੇਂ ਹੋਊ, ਵੱਧ ਦੀ ਗੱਲ ਹੈ। ਅਨਹਦ ਸੁਣ ਰੱਤੇ ਸੇ ਕੈਸੇ, ਜਿਹੜੇ ਆਨੰਦ ਸੁਣ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ, ਅਨਹਦ ਸੁਣ ਜਿਹਨਾਂ ਦਾ ਮਨ ਹੋ ਜਾਂਦਾ ਹੈ, ਉਹ ਕਿਹੋ ਜਿਹੇ ਹੁੰਦੇ ਨੇ ਐਂ ਦੱਸ ਦਿੰਦਾ ਮੈਂ। ਜਿਸ ਦੇ ਉਪਜੇ ਤਸੀਹ ਜੈਸੇ, ਜਿਸ ਤੇ ਉਪਜੇ ਤਸੀਹ ਜੈਸੇ, ਜੀ ਤੋਂ ਪੈਦਾ ਹੋਏ ਨੇ ਉਹਦੇ ਵਰਗੇ ਹੀ ਹੁੰਦੇ ਨੇ, ਹੋ ਗਿਆ ਨਾ ਜੋ। ਜਿਸ ਤੇ ਉਪਜੇ ਤਸੀਹ ਜੈਸੇ, ਜੀ ਤੋਂ ਪੈਦਾ ਹੋਏ ਤੇ ਉਹਦੇ ਵਰਗੇ ਹੀ ਹੋ ਗਏ ਮੁੜ ਕੇ। ਪਾਣੀ ਸੀ, ਪਾਣੀ 'ਚੋਂ ਪਾਪ ਉੱਠੀ, ਪਾਣੀ ਉੱਡਿਆ ਸੂਰਜ ਦੀ ਤਪਿਸ਼ ਨਾਲ, ਪਾਣੀ ਵਿਛੜ ਗਿਆ ਪਾਣੀ 'ਚ, ਪਾਪ ਬਣ ਕੇ ਉੱਠਿਆ, ਪਾਪ ਬਣ ਕੇ ਉੱਠਿਆ ਵਿਛੜ ਗਿਆ। ਬਾਰਿਸ਼ ਬਣ ਕੇ ਥੱਲੇ ਡਿੱਪਿਆ, ਠੰਡਾ ਹੋ ਗਿਆ ਥੱਲੇ ਡਿੱਪਿਆ, ਯੋਗ ਹੋ ਗਿਆ। ਜਾਂ ਉੱਠਿਆ ਸੀ ਉੱਪਰ ਨੂੰ ਹੰਕਾਰ ਸੀ, ਜਾਂ ਥੱਲੇ ਆਇਆ ਨਵੇਂ ਸਗੋਰਾ ਹੋਏ, ਪਾਣੀ ਬਣ ਗਿਆ ਫਿਰ ਯੋਗ ਹੋ ਗਿਆ।
ਮਨ ਜਦ ਉੱਡਦਾ ਹੈ ਨਾ ਉੱਤੇ ਨੂੰ, ਵਿਛੜਦਾ, ਉਡਾਰੀਆਂ ਮਾਰਦਾ, ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਹਰ ਕਵੀਆਂ ਨੂੰ ਕੀ ਗੱਲ ਹੁੰਦੀ ਹੈ। ਜਿਹੜੇ ਕਵੀਆਂ ਦੀਆਂ ਗੱਲਾਂ ਕਰਦੇ ਰਹੇ ਨਾ, ਉਹਨਾਂ ਨੂੰ ਕੀ ਪਤਾ ਕਵੀ ਕੀ ਹੁੰਦਾ। ਕਵੀ ਤਾਂ ਬਹੁਤ, ਇਸ ਕਰਕੇ ਇਸਲਾਮ ਮਤ ਵਿੱਚ ਕਵੀ ਦੀ ਕਦੇ ਵੀ ਕਹਿੰਦੇ ਦੀ ਬਖਸ਼ਿਸ਼ ਨਹੀਂ ਹੈ ਦਰਗਾਹ 'ਚ ਕਵੀ ਦੀ। ਇਸਲਾਮ ਵਾਲੇ ਮੰਨਦੇ ਨਾ ਕਵੀ ਦੀ ਬਖਸ਼ਿਸ਼ ਨਹੀਂ ਹੈ ਦਰਗਾਹ 'ਚ ਕਿਤੇ ਵੀ। ਇੰਨਾ ਮਨਮੁੱਖ ਹੁੰਦਾ ਕਵੀ, ਇੰਨਾ ਹੰਕਾਰੀ ਹੁੰਦਾ ਕਵੀ, ਆਮ ਆਦਮੀ ਨੂੰ ਉਹ ਆਮ ਆਦਮੀ ਨੂੰ ਆਪਣੇ ਨੂੰ ਬਣਾਉਂਦਾ। ਮੈਂ ਇਹਨਾਂ ਨੂੰ ਉੱਚਾ ਉਹ ਆਪਣੇ ਮੱਤ 'ਚ, ਆਪਣੇ ਬ੍ਰੇਨ 'ਚੋਂ, ਆਪਣੇ ਦਿਮਾਗ 'ਚੋਂ, ਆਪਣੀ ਮਰਜ਼ੀ ਨਾਲ ਬੋਲਦਾ। ਉਹ ਦਿਮਾਗ 'ਚੋਂ ਬੋਲਦਾ, ਦਿਲ 'ਚੋਂ ਨਹੀਂ ਬੋਲਦਾ ਕਵੀ ਕਦੇ। ਕਵੀ ਦੀ ਉਡਾਰੀ ਹੈ ਨਾ, ਉਡਾਰੀ ਵਾਲਾ ਤਾਂ ਪਾਣੀ ਵਿਛੜਿਆ ਹੋਇਆ ਤਾਂ ਭਾਵ ਬਣਿਆ ਹੋਇਆ, ਉਹਦਾ ਭਾਵ ਬਣਿਆ ਹੋਇਆ, ਉੱਡ ਗਿਆ ਉੱਤੇ ਨੂੰ। ਅਤੇ ਨਾਨਕ ਬੁਲਾਇਆ ਬੋਲਦਾ, ਨਵੇਂ ਸਫ਼ਰ ਹੋਇਆ। ਨਾਨਕ ਤਾਂ ਨੀਵੇਂ ਥਾਂ ਆ ਗਿਆ, ਨਾਨਕ ਤਾਂ ਨੀਵਾਂ, ਦਾਸ ਤੋਂ ਨੀਵਾਂ ਕੋਈ ਹੁੰਦਾ ਹੀ ਨਹੀਂ। ਉਹਨੇ ਆਪਣੀ ਪੋਸਟ ਇਹੋ ਚੁਣੀ ਜਿਹਦੇ ਥੱਲੇ ਹੁੰਦਾ ਹੀ ਨਹੀਂ ਕੋਈ, ਦਾਸ ਤੋਂ ਥੱਲੇ ਕੋਈ ਨਹੀਂ ਹੁੰਦਾ, ਹੋਰ ਪੋਸਟ ਨਹੀਂ ਕੋਈ। ਥੱਲੇ ਵਾਲੀ ਪੋਸਟ ਲੈ ਲਈ ਸਭ ਤੋਂ ਦਾਸ ਵਾਲੀ, ਉਦੋਂ ਥੱਲੇ, ਉਦੋਂ ਥੱਲੇ ਦਾਸ ਇਹ ਹੋਊਗਾ, ਉਹਦੇ ਵਰਗਾ ਹੀ ਹੋਊ ਜਿਹੜਾ ਹੋਊ, ਉਹ ਗੁਰ ਭਾਈ ਉਹ ਹੋਊਗਾ ਜਿਹੜਾ ਉੱਥੇ ਆਊ, ਇੱਕੋ ਜਿਹੇ ਹੋਣਗੇ ਪੋਸਟਾਂ। ਓਏ ਜਨਮ ਨਾ ਮਰੇ ਨਾ ਆਵੇ ਨਾ ਜਾਏ, ਆ ਦੇਖੋ ਉੱਥੇ ਆ ਕੇ ਜਨਮ ਮਰਨ ਖਤਮ ਹੁੰਦਾ ਹੈ। ਓਏ ਜਨਮੇ ਨਾ ਮਰੇ ਨਾ ਆਵੇ ਜਾਏ, ਨਾ ਉਹ ਜੰਮਦੇ ਨੇ ਨਾ ਮਰਦੇ ਨੇ ਨਾ ਆਉਂਦੇ ਨੇ ਨਾ ਜਾਂਦੇ ਨੇ। ਦੇਖੋ ਆਵੇ ਜਾਏ ਨਾਲ ਲਿਖਿਆ, ਜੰਮੇ ਮਰੇ ਨਾਲ ਲਿਖਿਆ। ਸਰੀਰ ਕਰਕੇ ਜੰਮਣ ਮਰਦੇ ਨਹੀਂ, ਉਹ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ ਉਹਨੂੰ, ਸਰੀਰ ਕਰਕੇ ਉਹਨਾਂ ਦੀ ਬੋਲੀ ਹੈ। ਆਤਮਾ ਕਰਕੇ ਆਉਣ ਜਾਣ, ਦੂਏ ਸਰੀਰ 'ਚ ਆ ਜਾਣਾ ਫਿਰ ਬਾਹਰ ਨਿਕਲ ਜਾਣਾ, ਆਤਮਾ ਨਹੀਂ ਜਾਂਦੀ ਮਰਦੀ, ਦੋਵੇਂ ਇਕੱਠੇ ਨੇ, ਆਵੇ ਜਾਏ ਔਰ ਜੰਮੇ ਮਰੇ, ਦੋਵੇਂ ਸਰੀਰ ਨੇ। ਬਾਹਰਲੇ ਸਰੀਰ ਦਾ ਜੰਮਣ ਮਰਨਾ, ਅੰਦਰਲੇ ਦਾ ਆਉਣ ਜਾਣ। ਉਹ ਜਨਮੇ ਨਾ ਮਰੇ ਮਨ ਕਰਕੇ ਆਉਣ ਜਾਣ, ਉਹਨਾਂ ਦਾ ਆਤਮਾ ਕਰਕੇ ਆਉਣ ਜਾਣ ਖਤਮ ਹੋ ਗਏ, ਸਥਿਰ ਹੋ ਗਏ, ਸਟੇਬਲ ਹੋ ਗਏ। ਅਤੇ ਦੂਏ ਸਰੀਰ ਨਾਲ ਮਾਇਆ ਨਾਲ ਮਾਇਆ ਡੋਲਣੀ ਹੈ ਨਾ, ਉਹ ਥਿਰਨਾ ਹੈ, ਮਾਇਆ ਡੋਲਣੀ ਹੈ, ਮਾਇਆ ਨਾਲ ਉਹਨਾਂ ਦਾ ਸੰਪਰਕ ਖਤਮ ਹੋ ਗਿਆ। ਜਿੰਨਾ ਚਿਰ ਮਾਇਆ ਨਾਲ ਜੁੜੇ ਹੈ ਤਾਂ ਉਹ ਵੀ ਡੋਲਦੇ ਤੇ, ਮਾਇਆ ਜੋ ਡੋਲਦੀ ਹੈ। ਮਾਇਆ ਦੇ ਚੜ੍ਹ ਕੇ ਹੀ ਆਕਾਸ਼ 'ਤੇ ਚੜ੍ਹ ਹੁੰਦਾ ਹੈ, ਆਕਾਸ਼ ਨਾਲ ਜੁੜ ਹੁੰਦਾ ਹੈ। ਆਕਾਸ਼ ਨਾਲ ਜੁੜਨ ਵਾਸਤੇ ਮਾਇਆ ਦਾ ਸਰੀਰ ਧਾਰਨ ਕਰਨਾ ਪੈਂਦਾ, ਥਿਰ ਹੋਣ ਵਾਸਤੇ ਹੀ ਸਰੀਰ ਧਾਰਨ ਕੀਤਾ ਸੀ। ਆਕਾਸ਼ ਹੈ ਨਾ, ਆਕਾਸ਼ 'ਤੇ ਸਵਾਰੀ ਕਰਨ ਵਾਸਤੇ ਮਾਇਆ ਦਾ ਸਰੀਰ ਧਾਰਨ ਕੀਤਾ ਸੀ। ਮਾਇਆ ਦੇ ਵਿੱਚ ਟਿਕਦਾ ਟਿਕਦਾ ਉੱਧਰ ਇਹਦੇ ਆਕਾਸ਼